ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਸੁਖਦੁਲੇ। ਦੋਸਤੋ, ਇਸ ਸਮੇਂ ਅਸੀਂ ਲੁਧਿਆਣਾ ਦਿੱਲੀ ਰੋਡ ਦੇ ਉੱਪਰ ਖੜ੍ਹੇ ਹਾਂ ਜੀ। ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਦਾ ਆਖਰੀ ਦਿਨ ਸੀ ਅਤੇ ਵਾਪਸੀ ਦੇ ਮੌਕੇ ਸਾਨੂੰ ਵੀਰ ਹੁਣੀ ਮਿਲੇ ਨੇ। ਸਾਈਕਲਾਂ ਦੇ ਉੱਪਰ ਇਹ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਗਏ ਸੀਗੇ ਤਾਂ ਵਾਪਸੀ ਮੌਕੇ ਮਿਲੇ ਨੇ ਵੀਰ ਹੁਣੀ, ਗੱਲਬਾਤ ਕਰਦੇ ਹਾਂ। ਅੱਛਾ ਵੀਰੇ, ਤੁਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵਾਪਸ ਆ ਰਹੇ ਹੋ ਜੀ? ਹਾਂਜੀ ਸਰ। ਵੀਰੇ, ਜਿਸ ਤਰੀਕੇ ਦੇਖ ਰਹੇ ਤੁਸੀਂ ਸਾਈਕਲਾਂ 'ਤੇ ਆ ਰਹੇ ਹੋ, ਦੋਵੇਂ ਭਰਾ, ਤਾਂ ਬੜਾ ਚੰਗਾ ਲੱਗਿਆ ਕਿ ਸਾਈਕਲ ਦੇ ਉੱਪਰ ਗਏ ਹੋ, ਪਰ ਇੰਨੀ ਠੰਡ ਦੇ ਵਿੱਚ ਸਾਈਕਲ 'ਤੇ ਜਾਣ ਦਾ ਕਾਰਨ ਕੀ ਹੈ? ਮੈਂ ਇਹ ਜ਼ਰੂਰ ਜਾਣਾ। ਆਪਣੇ ਸਰੀਰ ਨੂੰ ਕਸ਼ਟ ਦੇਣਾ, ਜੋ ਸ਼ਹੀਦੀ ਨੂੰ ਪਤਾ ਲੱਗਣਾ ਉਹਨਾਂ ਨੂੰ ਵੀ, ਉਹਨਾਂ ਜੋ ਕਸ਼ਟ ਝੱਲੇ ਉਹਨਾਂ ਨੇ ਜੀ, ਵੀ ਆਪਾਂ ਉਹਨਾਂ ਨੂੰ ਮਹਿਸੂਸ ਕਰ ਸਕੀਏ, ਉਹ ਆਪਾਂ ਉਹਨੂੰ ਯਾਦਗਾਰੀ ਰੱਖਦੇ ਹੋਏ ਸਾਈਕਲ 'ਤੇ ਮਾਰਚ ਕੱਢਿਆ ਆਪਾਂ। ਅੱਛਾ ਜੀ। ਵੀਰੇ, ਪਹਿਲੀ ਵਾਰ ਤਾਂ ਸਾਈਕਲ 'ਤੇ ਗਏ ਹੋ ਜਾਂ ਅੱਗੇ ਵੀ ਪਹਿਲਾਂ ਗਏ? ਫਸਟ ਟਾਈਮ ਸਾਈਕਲ 'ਤੇ। ਅੱਛਾ ਜੀ। ਤਾਂ ਤੁਸੀਂ ਕਿਹੜੀ ਜਗ੍ਹਾ ਤੋਂ ਵੈਸੇ ਇੱਥੇ? ਅੱਛਾ ਜੀ, ਸਾਹਨੇਆਲ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਤੱਕ। ਅਤੇ ਵੀਰੇ, ਫਿਰ ਕਿੰਨੇ ਟਾਈਮ ਦੇ ਵਿੱਚ ਆਉਣ ਜਾਣ ਕੀਤਾ ਵਾ? ਆਪਾਂ ਸਵੇਰੇ ਕਿੰਨਾ ਟਾਈਮ ਲੱਗਿਆ? ਸਵੇਰੇ 7 ਵਜੇ ਨਿਕਲੇ ਸੀ ਆਪਾਂ, 12-1 ਵਜੇ ਪਹੁੰਚ ਗਏ ਸੀ, ਦਰਸ਼ਨ ਵਗੈਰਾ ਕੀਤੇ, ਮੱਥਾ ਟੇਕਿਆ, ਫਿਰ ਆਪਾਂ 5 ਵਜੇ ਵਾਪਸੀ ਕੀਤੀ ਅਤੇ ਤੁਹਾਡੇ ਸਾਹਮਣੇ ਆਪਾਂ ਮੰਜੀ ਸਾਹਿਬ ਪਹੁੰਚ ਚੁੱਕੇ ਹਾਂ। ਅੱਛਾ ਵੀਰੇ, ਹੁਣ ਜਿਵੇਂ ਸਾਈਕਲ ਦੇ ਉੱਪਰ ਗਏ ਹੋ, ਠੰਡ ਵੀ ਕਾਫੀ ਹੈ ਨਾ, ਆਪਾਂ ਬਾਹਰ ਖੜ੍ਹੇ ਹੁਣ ਵੀ ਠੰਡ, ਸਾਨੂੰ ਵੀ ਠੰਡ ਲੱਗ ਰਹੀ ਹੈ ਕਿਉਂਕਿ ਕਾਫੀ ਜ਼ਿਆਦਾ ਮੌਸਮ ਹੈ ਜਿਹੜਾ ਚੇਂਜ ਹੋਇਆ ਨਾ, ਇੱਕਦਮ ਠੰਡ ਜਿਹੜੀ ਕਾਫੀ ਜ਼ਿਆਦਾ ਵਾ, ਤਾਂ ਤੁਸੀਂ ਜ਼ਿਕਰ ਕੀਤਾ ਕਿ ਸਰੀਰ ਨੂੰ ਕਸ਼ਟ ਦਿੱਤਾ ਨਾ ਥੋੜ੍ਹਾ ਜਿਹਾ ਕਿ ਹਾਂ ਪਤਾ ਲੱਗੇ ਵੀ ਉਹ ਦਿਨ ਕਿਵੇਂ ਦੇ ਸੀਗੇ, ਤਾਂ ਕੀ ਲੱਗਦਾ ਕਿ ਜਦੋਂ ਆਪਾਂ ਇਸ ਤਰੀਕੇ ਸ਼ਹੀਦੀ ਸਭਾ ਦੇ ਵਿੱਚ ਸ਼ਾਮਿਲ ਹੁੰਦੇ ਹਾਂ ਤਾਂ ਉੱਥੇ ਜਾਣ ਦੇ ਨਾਲ ਕਿੰਨਾ ਕੁ ਫਰਕ ਆ ਜਿਹੜਾ ਆਪਾਂ ਨੂੰ ਆਪਣੇ ਆਪ ਦੇ ਵਿੱਚ ਪੈਂਦਾ? ਮਨ ਨੂੰ ਲੱਗਦਾ, ਬਹੁਤ ਸ਼ਰਧਾ ਹੁੰਦੀ ਆਪਣੇ ਆਪ 'ਤੇ, ਬਹੁਤ ਵਧੀਆ ਲੱਗਦਾ ਆਪਣੇ ਆਪ ਨੂੰ। ਅੱਛਾ ਵੀਰੇ, ਇਹਨਾਂ ਦਿਨਾਂ ਦੀ ਜੇਕਰ ਗੱਲ ਕਰੀਏ, ਬਹੁਤ ਸਾਰੇ ਵੀਰ ਭਰਾ ਅਜਿਹੇ ਹੁੰਦੇ ਨੇ ਜਿਹੜੇ ਪੈਰਾਂ ਦੇ ਵਿੱਚ ਚੱਪਲਾਂ ਨਹੀਂ ਪਾਉਂਦੇ ਹੈ ਨਾ, ਜਾਂ ਧਰਤੀ 'ਤੇ ਸੌਂਦੇ ਨੇ, ਰਾਤ ਨੂੰ ਬੈੱਡ ਵਗੈਰਾ ਨਹੀਂ ਵਰਤਦੇ, ਤਾਂ ਉਹ ਵੀ ਇੱਕ ਸ਼ਰਧਾ ਹੁੰਦੀ ਆ, ਤੁਸੀਂ ਇਸ ਤਰੀਕੇ ਗਏ, ਇਹ ਵੀ ਇੱਕ ਸ਼ਰਧਾ ਵਾ, ਤਾਂ ਕੀ ਲੱਗਦਾ ਕਿ ਇਸ ਤਰੀਕੇ ਨਾਲ ਜੋ ਆਪਾਂ ਸ਼ਰਧਾ ਭਾਵਨਾ ਜਦੋਂ ਜਾਂਦੇ ਹਾਂ ਤਾਂ ਹੋਰ ਵੀ ਅਸੀਂ ਬਹੁਤ ਸਾਰੇ ਲੋਕ ਦੇਖਦੇ ਹਾਂ ਜਿਹੜੇ ਇਸ ਬਾਰੇ ਇੱਕ ਵੱਡਾ ਇਕੱਠ ਉੱਥੇ ਸਾਨੂੰ ਦੇਖਣ ਨੂੰ ਮਿਲਿਆ ਵਾ, ਤਾਂ ਜਦੋਂ ਲੋਕ ਉੱਥੇ ਤੁਸੀਂ ਦੇਖ ਰਹੇ ਹੋਵੋਗੇ, ਮੱਥਾ ਟੇਕਿਆ ਹੋਏਗਾ, ਵਿਚਰ ਰਹੇ ਸੀ ਲੋਕਾਂ ਦੇ ਵਿੱਚ, ਤਾਂ ਕਿਸ ਤਰੀਕੇ ਦੀ ਸ਼ਰਧਾ ਭਾਵਨਾ ਲੋਕਾਂ ਦੀ ਦੇਖਣ ਨੂੰ ਮਿਲ ਰਹੀ ਸੀ, ਜਾਂ ਕਿਵੇਂ ਦਾ ਉਸ ਟਾਈਮ 'ਤੇ ਜਦੋਂ ਸੰਗਤ ਦੇ ਵਿੱਚ ਸੀਗੇ ਉਸ ਟਾਈਮ ਕਿਵੇਂ ਦਾ ਫੀਲ ਹੋਇਆ? ਬਹੁਤ ਵਧੀਆ ਲੱਗਿਆ ਸੰਗਤ 'ਚ ਮਿਲ ਕੇ, ਰਸ਼ ਦੇਖ ਕੇ, ਅਤੇ ਸਾਰਿਆਂ ਬਹੁਤ ਵਧੀਆ ਸ਼ਰਧਾ ਸੀ, ਅਤੇ ਬਹੁਤ ਵਧੀਆ ਲੱਗਿਆ ਅਤੇ ਮਨ ਨੂੰ ਸੰਤੁਸ਼ਟੀ ਹੋਈ, ਬਹੁਤ ਵਧੀਆ ਲੱਗਦਾ। ਅੱਛਾ ਵੀਰ, ਤੁਸੀਂ ਵੀ ਵੀਰ ਦੇ ਨਾਲ ਹੋ ਜੀ, ਤੁਸੀਂ ਵੀ ਪਹਿਲੀ ਵਾਰ ਗਏ ਹੋ ਜਾਂ ਪਹਿਲਾਂ ਕਦੇ? ਫਸਟ ਟਾਈਮ ਗਏ ਜੀ। ਅੱਛਾ ਜੀ, ਸਾਈਕਲ 'ਤੇ ਪਹਿਲੀ ਵਾਰ? ਹਾਂਜੀ ਹਾਂਜੀ, ਪਹਿਲੀ ਵਾਰ। ਤਾਂ ਫਿਰ ਹੁਣ ਵਾਪਸ ਆ ਰਹੇ ਹੋ, ਕਿਵੇਂ ਦਾ ਫੀਲ ਹੋ ਰਿਹਾ ਫਿਰ ਹੁਣ? ਵਧੀਆ ਹੋ ਰਿਹਾ ਜੀ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਾਰਿਆਂ ਨੂੰ ਮੈਸੇਜ ਕਿ ਸਾਊਂਡ ਲਾ ਕੇ ਨਾ ਜਾਓ, ਸਾਰੇ ਸਾਈਕਲ 'ਤੇ ਜਾਓ, ਆਰਾਮ ਨਾਲ ਜਾਓ, ਕੋਈ ਹੁੱਲੜਬਾਜ਼ੀ ਨਾ ਕਰੋ, ਸਾਰਿਆਂ ਨੂੰ ਇਹੀ ਬੇਨਤੀ ਆ। ਜਿਹੜੇ ਡਰਦੇ ਆ ਅਤੇ ਆਪਣੇ ਨੋਰਮਲ ਸਪੀਡ 'ਤੇ ਜਾਓ, ਕੋਈ ਇਹ 'ਚ ਚੋੜਬਾਜ਼ੀ ਕੋਈ ਨਹੀਂ, ਆਪਾਂ ਸ਼ਹੀਦਾਂ ਨੂੰ ਯਾਦ ਕਰਕੇ ਚੱਲੀਏ, ਅਤੇ ਆਪਾਂ ਇਹ ਕਰਕੇ ਨਾ ਚੱਲੀਏ ਵੀ ਉੱਥੇ ਕੋਈ ਮੇਲਾ ਚੱਲ ਰਿਹਾ, ਕੁਛ ਚੱਲ ਰਿਹਾ, ਉਹ ਦਿਨ ਦੇਖਣੇ ਚਾਹੀਦੇ ਕਿ ਕਿਹੜੇ ਉਹ ਸ਼ਹੀਦੀ ਉਹਨਾਂ ਨੇ ਪਾਈ, ਕਿੱਦਾਂ ਪਾਈ ਸੀ, ਆਪਾਂ ਜਿਹੜਾ ਆਪਾਂ ਨੂੰ ਸਿੱਖੀ ਸਰੂਪ ਮਿਲਿਆ ਉਹਨਾਂ ਕਰਕੇ ਮਿਲਿਆ ਆਪਾਂ ਨੂੰ, ਅਤੇ ਉਹਨੂੰ ਯਾਦ ਰੱਖਦੇ ਆਪਾਂ ਨੂੰ ਪੂਰੀ ਸ਼ਰਧਾ ਅਤੇ ਪਿਆਰ ਨਾਲ ਜਾਣਾ ਚਾਹੀਦਾ, ਕੋਈ ਧੱਕਾਬਾਜ਼ੀ ਕੁਛ ਨਹੀਂ ਕਰਨੀ। ਬਿਲਕੁਲ ਬਿਲਕੁਲ ਵੀਰੇ, ਤਾਂ ਬੜਾ ਚੰਗਾ ਲੱਗਿਆ ਜੀ, ਅਸੀਂ ਸੋਚਿਆ ਕਿ ਤੁਹਾਡੇ ਨਾਲ ਗੱਲਬਾਤ ਜ਼ਰੂਰ ਕੀਤੀ ਜਾਵੇ, ਕਿਉਂਕਿ ਇਹ ਜਿਹੜੀਆਂ ਆਪਾਂ ਇੱਕ ਸ਼ਰਧਾ ਭਾਵਨਾ ਤੁਹਾਡੀ ਦਿਖਾ ਰਹੇ ਹਾਂ ਨਾ, ਇਹ ਜ਼ਰੂਰੀ ਹੋ ਜਾਂਦੀ ਆ, ਹੋ ਸਕਦਾ ਵਾ ਕਿ ਇਸ ਸ਼ਰਧਾ ਭਾਵਨਾ ਦੇਖ ਕੇ ਚਲੋ ਜਿਵੇਂ ਕਿਸੇ ਦਾ ਵੀ ਸਾਧਨ ਬਣਦਾ, ਅਗਲੀ ਵਾਰ ਜੇਕਰ ਕੋਈ ਨਹੀਂ ਆਇਆ ਤਾਂ ਉਹ ਹੋ ਸਕਦਾ ਕਿ ਗੁਰੂ ਘਰ ਆਵੇ, ਨਤਮਸਤਕ ਹੋਵੇ ਆ ਕੇ, ਤਾਂ ਉਹ ਜ਼ਰੂਰੀ ਹੋ ਜਾਂਦਾ। ਇਸ ਕਰਕੇ ਚਾਹਿਆ ਕਿ ਤੁਹਾਡਾ ਜੋ ਤੁਸੀਂ ਸਫ਼ਰ ਕਰ ਰਹੇ ਹੋ ਇਹ ਜ਼ਰੂਰ ਦਰਸ਼ਕਾਂ ਤੱਕ ਪਹੁੰਚਾਇਆ ਜਾਵੇ, ਤਾਂ ਠੰਡ ਕਾਫੀ ਜ਼ਿਆਦਾ, ਤੁਹਾਨੂੰ ਜ਼ਿਆਦਾ ਨਹੀਂ ਆਪਾਂ ਰੋਕਦੇ, ਵੀਰ ਉਹਨਾਂ ਨੇ ਜਾਣਕਾਰੀ ਦੇ ਦਿੱਤੀ ਆ ਜੀ, ਸਾਹਨੇਵਾਲ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਵੀਰ ਹੁਣੀ ਸਾਈਕਲ ਦੇ ਉੱਪਰ ਗਏ ਸੀ, ਸਾਈਕਲ ਦੇਖ ਹੀ ਸਕਦੇ ਹੋ, ਵੀਰ ਉਹਨਾਂ ਦੇ ਪ੍ਰੋਪਰ ਲਾਈਟ ਵਗੈਰਾ ਵੀ ਇਹਨਾਂ ਨੇ ਲਗਾਈ ਹੋਈ ਆ, ਕਿਉਂਕਿ ਹਨੇਰਾ ਕਾਫੀ ਆ ਤਾਂ ਲਾਈਟ ਵਗੈਰਾ ਵੀ ਇਹਨਾਂ ਨੇ ਲਗਾਈ ਹੋਈ ਆ, ਚਾਰਜਿੰਗ ਦਾ ਵੀ ਨਾਲ ਪ੍ਰਬੰਧ ਰੱਖਿਆ ਕਿਉਂਕਿ ਲਾਈਟਾਂ ਦੀ ਜਿਹੜੀ ਉਹ ਬੰਦ ਹੋ ਜਾਏਗੀ,
ਤਾਂ ਕਾਫੀ ਕਿਉਂਕਿ ਦੂਰ ਵੀ ਆ, ਤਾਂ ਉਸ ਹਿਸਾਬ ਨਾਲ ਇਹਨਾਂ ਦੇ ਵੱਲੋਂ ਜਿਹੜੀ ਆਪਣੀ ਪਲੈਨਿੰਗ ਹੈ, ਜਿਹੜੀ ਤਿਆਰੀ ਆ, ਉਹ ਵੀ ਕੀਤੀ ਗਈ ਸੀ। ਤਾਂ ਚੰਗਾ ਲੱਗਿਆ ਵੀਰ ਹੁਣਾਂ, ਜਦੋਂ ਵੀਰ ਹੁਣੀ ਆ ਰਹੇ ਸੀ ਤਾਂ ਸੋਚਿਆ ਕਿ ਗੱਲਬਾਤ ਜ਼ਰੂਰ ਕੀਤੀ ਜਾਵੇ। ਤਾਂ ਦੱਸ ਦਈਏ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਅੱਜ ਸ਼ਹੀਦੀ ਸਭਾ ਦਾ ਆਖਰੀ ਦਿਨ ਸੀ, ਨਗਰ ਕੀਰਤਨ ਤੋਂ ਬਾਅਦ ਸਮਾਪਤੀ ਹੋਈ ਆ, ਸੰਪੂਰਨਤਾ ਹੋਈ ਹੈ ਸਭਾ ਦੀ। ਤਾਂ ਇਹ ਵੀਰ ਹੁਣੀ ਵੀ ਉੱਥੋਂ ਆਏ ਨੇ, ਬਹੁਤ ਸਾਰੇ ਹੋਰ ਵੀ ਸੰਗਤ ਆ ਜੋ ਆਪਣੇ ਘਰਾਂ ਨੂੰ ਅੱਜ ਪਰਤ ਰਹੀ ਆ, ਜੋ ਲੰਮੇ ਸਮੇਂ ਤੋਂ ਉੱਥੇ ਲੰਗਰ ਲਗਾ ਰਹੇ ਸੀ ਵੀਰ, ਉਹ ਵੀ ਅੱਜ ਆਪਣੇ ਘਰਾਂ ਨੂੰ ਪਰਤ ਰਹੇ ਆ। ਤਾਂ ਵੱਡੀ ਗਿਣਤੀ ਦੇ ਵਿੱਚ ਅੱਜ ਇੱਕ ਇਕੱਠ ਆ ਜਿਹੜਾ, ਉਹ ਵੀ ਉੱਥੇ ਦੇਖਣ ਨੂੰ ਮਿਲਿਆ। ਸਹਿਯੋਗੀ ਸਾਥੀ ਅਮਨਦੀਪ ਸਿੰਘ ਦੇ ਨਾਲ ਸੁਖ ਦਲੇ।